ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆਂ ਸੁਮਨਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਕੰਪਿਊਟਰ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ ਦਾ ਪਾਰਟ 3 ਜਿਹੜੇ ਵੀ ਸਟੂਡੈਂਟ ਪੰਜਾਬ ਪੁਲਿਸ ਕਨਸਟੇਬਲ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਕੰਪਿਊਟਰ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ ਦਾ ਪਾਰਟ 3 ਪਾਰਟ 2 ਅਸੀਂ ਪਹਿਲਾਂ ਕਵਰ ਕਰ ਚੁੱਕੇ ਹਾਂ ਜਿਸ ਦੇ ਵਿੱਚ ਅਸੀਂ 75 ਐਮਸੀਕਿਊ ਕੰਪਲੀਟ ਕੀਤੇ ਸੀ ਤਾਂ ਪਾਰਟ 2 ਨੂੰ ਜ਼ਰੂਰ ਕਵਰ ਕਰੋ ਕਿਉਂਕਿ ਬੇਸਿਕ ਆਫ ਕੰਪਿਊਟਰ ਦੇ ਵਿੱਚ ਬਹੁਤ ਇੰਪੋਰਟੈਂਟ ਐਮਸੀਕਿਊ ਲਈ ਗਈ ਆ ਜਿਹੜੀ ਕਿ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ View ਤੋਂ ਤੁਹਾਡੇ ਲਈ ਇੰਪੋਰਟੈਂਟ ਬਣ ਸਕਦੇ ਆ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੋਰ ਵੀ ਬਹੁਤ ਜ਼ਿਆਦਾ ਯੂਸਫੁਲ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਇੰਪੋਰਟੈਂਟ ਅਤੇ ਸਿਲੈਕਟਿਡ ਜੇ ਐਮਸੀਕਿਊ ਲਈ ਗਈ ਆ ਸੋ ਵੀਡੀਓ ਨੂੰ ਪੁੱਲ ਵੀਨਾ ਛੱਡਿਓ ਇੱਕ ਇੱਕ ਕੁਐਸ਼ਨ ਜ਼ਰੂਰ ਪੂਰੇ ਧਿਆਨ ਨਾਲ ਸੁਣਿਓ ਤੇ ਹਰੇਕ ਐਮਸੀਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਐਮਸੀਕਿਊ ਨੂੰ ਇੰਨੇ ਧਿਆਨ ਨਾਲ ਸੁਨਿਆ ਕਰੋ ਕਿ ਐਗਜ਼ਾਮ ਦੇ ਵਿੱਚ ਕਿਸੇ ਵੀ ਤਰ੍ਹਾਂ ਕਮਾਫਰਾ ਕੇ ਆ ਸਕਦਾ ਤਾਂ ਜੋ ਤੁਸੀਂ ਆਸਾਨੀ ਦੇ ਨਾਲ ਅਟੈਂਪਟ ਕਰ ਸਕੋ ਠੀਕ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸ਼ਨ ਨੰਬਰ 1 ਮੈਨੂਅਲ ਲਾਈਨ ਬ੍ਰੇਕ ਲਈ ਸ਼ਾਰਟਕਟ ਕੁੰਜੀ ਕੀ ਹੈ ਹਾਂਜੀ ਮੈਨੂਅਲ ਲਾਈਨ ਬ੍ਰੇਕ ਦੇਖੋ ਇੱਥੇ ਗੱਲ ਹੋ ਰਹੀ ਹੈ MS Word ਦੀ ਕਿਉਂਕਿ ਮੈਨੂਅਲ ਲਾਈਨ ਬ੍ਰੇਕ MS Word ਦੇ ਵਿੱਚ ਹੀ ਹੁੰਦੀ ਆ ਤੇ ਮੈਨੂਅਲ ਲਾਈਨ ਬ੍ਰੇਕ ਦੇ ਲਈ ਅਸੀਂ ਸ਼ਾਰਟਕਟ ਕੁੰਜੀ ਵਰਤਦੇ ਆ ਸ਼ਿਫਟ ਪਲੱਸ ਐਂਟਰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਜੇਕਰ ਅਸੀਂ ਗੱਲ ਕਰੀਏ ਆਲਟ ਪਲੱਸ ਐਂਟਰ ਦੀ ਤਾਂ ਇਹ ਐਕਸਲ ਦੇ ਵਿੱਚ ਕੰਮ ਆਉਂਦਾ ਉਕੇ ਲਾਈਨ ਬ੍ਰੇਕ ਕਰਨ ਦੇ ਇਹ ਲਾਈਨ ਬ੍ਰੇਕ ਕਰਨ ਦੇ ਕੰਮ ਆਉਂਦਾ ਠੀਕ ਹੈ ਐਕਸਲ ਦੇ ਵਿੱਚ ਵਰਤਿਆ ਜਾਂਦਾ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਕੰਟਰੋਲ ਪਲੱਸ ਟਰ ਦੀ ਇਹ ਐਮ ਐਸ ਵਰਡ ਦੇ ਵਿੱਚ ਹੀ ਵਰਤਿਆ ਜਾਂਦਾ ਤੇ ਪੇਜ ਬ੍ਰੇਕ ਕਰਨ ਦੇ ਲਈ ਵਰਤਿਆ ਜਾਂਦਾ ਹਾਂਜੀ ਨੈਕਸਟ ਕੁਐਸਚਨ ਡਿਜੀਟਲ ਘੜੀ ਵਿੱਚ ਕਿਸ ਕਿਸਮ ਦਾ ਕੰਪਿਊਟਰ ਪਾਇਆ ਜਾਂਦਾ ਹਾਂਜੀ ਡਿਜੀਟਲ ਘੜੀ ਦੇ ਵਿੱਚ ਕਿਹੜਾ ਕਿਸਮ ਦਾ ਕੰਪਿਊਟਰ ਪਾਇਆ ਜਾਂਦਾ ਵਾ ਦੇਖੋ ਜਿਹੜੀ ਡਿਜੀਟਲ ਘੜੀ ਹੁੰਦੀ ਆ ਇਸ ਦੇ ਵਿੱਚ ਜਿਹੜਾ ਕੰਪਿਊਟਰ ਐਸੀ ਬੋਲ ਸਕਦੇ ਆ ਸਿਸਟਮ ਆ ਜਿਹੜਾ ਕੰਪਿਊਟਰ ਸਿਸਟਮ ਉਹ ਇਹਦੇ ਅੰਦਰ ਫਿੱਟ ਹੁੰਦਾ ਤੇ ਜਿਹਦੇ ਅੰਦਰ ਫਿੱਟ ਹੋਵੇ ਨਾ ਉਹਨੂੰ ਅਸੀਂ ਬੋਲਦੇ ਆ ਇੰਬੈਡਡ ਕੰਪਿਊਟਰ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਜਿਹੜੇ ਕਿਸੇ ਨਾ ਕਿਸੇ ਸਿਸਟਮ ਦੇ ਅੰਦਰ ਫਿੱਟ ਹੁੰਦੇ ਆ ਉਹਨਾਂ ਨੂੰ ਅਸੀਂ ਬੋਲ ਦਿੰਦੇ ਆ ਇੰਬੈਡਡ ਕੰਪਿਊਟਰ ਜਿਵੇਂ ਫੋਰ ਐਗਜ਼ਾਮਪਲ ਹੁਣ ਤਾਂ ਤੁਸੀਂ ਦੇਖਿਆ ਹੁਣ ਆਲਾ ਸਕੂਟਰ ਆ ਰਹੀ ਆ ਠੀਕ ਹੈ ਇਲੈਕਟ੍ਰੋਨਿਕ ਸਕੂਟਰ ਆ ਰਿਹਾ ਆ ਆਲਾ ਦੇ ਜਿਹੜੇ ਕਿ ਜਿਨ੍ਹਾਂ ਦੇ ਅੰਦਰ ਇੰਬੈਡਡ ਕੰਪਿਊਟਰ ਪ ਠੀਕ ਹੈ ਜੀ ਹਾਂਜੀ ਡਿਜੀਟਲ ਘੜੀ ਵਿੱਚ ਕਿਹੜੀ ਕਿਸਮ ਦਾ ਕੰਪਿਊਟਰ ਪਾਇਆ ਜਾਂਦਾ ਇੰਬੈਡਡ ਕੰਪਿਊਟਰ ਪਰ ਇੱਥੇ ਗੱਜੇਕਰ ਅਸੀਂ ਗੱਲ ਕਰੀਏ ਮੇਨ ਫਰੇਮ ਕੰਪਿਊਟਰ ਦੀ ਮੇਨ ਫਰੇਮ ਕੰਪਿਊਟਰ ਕਿਹੜਾ ਹੁੰਦਾ ਜਿਹੜਾ ਇੱਕ ਸਰਵਰ ਹੁੰਦਾ ਜਿਵੇਂ ਅਸੀਂ ਕਿਸੇ ਇੱਕ ਕੰਪਨੀ ਦੇ ਵਿੱਚ ਕੰਮ ਕਰ ਰਹੇ ਹਾਂ ਠੀਕ ਹੈ ਤੇ ਉਹ ਕੰਪਨੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਮੇਨ ਕੰਪਿਊਟਰ ਹੁੰਦਾ ਜਿਹਦੇ ਵਿੱਚ ਸਾਰੇ ਦਾ ਸਾਰਾ ਡਾਟਾ ਪਿਆ ਹੁੰਦਾ ਜਿਵੇਂ ਕਿਸੇ ਇੱਕ ਕੰਪਿਊਟਰ ਦੇ ਵਿੱਚ ਹੀ ਸਾਰਾ ਡਾਟਾ ਪਿਆ ਹੁੰਦਾ ਉਹਨੂੰ ਅਸੀਂ ਮੇਨ ਫਰੇਮ ਬੋਲ ਦਿੰਦੇ ਹਾਂ ਸੁਪਰ ਕੰਪਿਊਟਰ ਕਿਹੜਾ ਹੁੰਦਾ ਜਿਹੜਾ ਫਾਸਟ ਕੰਪਿਊ ਨੋਟਬੁੱਕ ਕੰਪਿਊਟਰ ਕਿਹੜਾ ਹੁੰਦਾ ਜਿਹੜੇ ਕਿ ਲੈਪਟਾਪ ਤੋਂ ਛੋਟੇ ਹੁੰਦੇ ਆ ਪਰ ਟੈਬ ਤੋਂ ਵੱਡੇ ਹੁੰਦੇ ਆ ਠੀਕ ਹੈ ਜੀ ਨੈਕਸਟ ਕੁਐਸ਼ਨ ਪੈਨ ਡਰਾਈਵ ਕਿਸ ਕਿਸਮ ਦੀ ਮੈਮਰੀ ਆ ਹਾਂਜੀ ਪੈਨ ਡਰਾਈਵ ਆ ਜਿਹੜੀ ਉਹ ਕਿਸ ਕਿਸਮ ਦੀ ਮੈਮਰੀ ਆ ਫਲੈਸ਼ ਮੈਮਰੀ ਆ ਜਿਹੜੀ ਫਲੈਸ਼ ਮੈਮਰੀ ਆ ਇਹ ਬਹੁਤ ਜ਼ਿਆਦਾ ਫਾਸਟ ਹੁੰਦੀ ਆ ਤੁਸੀਂ ਦੇਖਿਆ ਹੋਣਾ ਪੈਨ ਡਰਾਈਵ ਦੇ ਵਿੱਚ ਡਾਟਾ ਜਲਦੀ ਸਟੋਰੇਜ ਹੁੰਦਾ ਇਸ ਤੋਂ ਇਲਾਵਾ ਸੀਡੀ ਅਤੇ ਡੀਵੀਡੀ ਵਿੱਚ ਹੌਲੀ ਹੁੰਦਾ ਕਾਰਨ ਇਹ ਹੀ ਆ ਕਿ ਇਸ ਵਿੱਚ ਫਲੈਸ਼ ਮੈਮਰੀ ਹੁੰਦੀ ਆ ਆਪਣੇ ਪੈਨ ਡਰਾਈਵ ਦੇ ਵਿੱਚ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਅੱਛਾ ਇੱਥੇ ਅਸੀਂ ਮੈਮਰੀ ਦੀ ਗੱਲ ਕੀਤੀ ਹੈ ਤੁਸੀਂ ਸੁਣਿਆ ਹੋਣਾ ਇੱਕ ਰੈਮ ਠੀਕ ਹੈ ਤੁਹਾਨੂੰ ਲਿਖਿਆ ਦਿਖ ਰਿਹਾ ਰੈਮ ਰੈਮ ਕੀ ਹੁੰਦੀ ਹੈ ਰੈਂਡਮ ਐਕਸੈਸ ਮੈਮਰੀ ਹੁੰਦੀ ਹੈ ਤੇ ਇਹ ਮੇਨ ਮੈਮਰੀ ਹੁੰਦੀ ਹੈ ਠੀਕ ਹੈ ਇਹਨੂੰ ਅਸੀਂ ਫਲੈਸ਼ ਮੈਮਰੀ ਨਹੀਂ ਬੋਲ ਸਕਦੇ ਬਹੁਤ ਸਾਰੇ ਸਟੂਡੈਂਟ ਇੱਥੇ ਰੈਮ ਲਾ ਕੇ ਆਉਂਦੇ ਆ ਇਸ ਦਾ ਆਨਸਰ ਪਰ ਇਹ ਰੈਮ ਨਹੀਂ ਬੋਲ ਸਕਦੇ ਇੱਕ ਮੇਨ ਮੈਮਰੀ ਹੁੰਦੀ ਆ ਤੇ ਫਲੈਸ਼ ਮੈਮਰੀ ਹੁੰਦੀ ਆ ਜਿਹੜੀ ਇਹ ਬਹੁਤ ਫਾਸਟ ਹੁੰਦੀ ਆ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਇੰਟਰਨੈਟ ਤੋਂ ਤੁਹਾਡੇ ਕੰਪਿਊਟਰ ਤੇ ਫਾਈਲਾਂ ਟਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਇੰਟਰਨੈਟ ਤੋਂ ਤੁਹਾਡੇ ਕੰਪਿਊਟਰ ਦੇ ਵਿੱਚ ਜਿਹੜੀਆਂ ਫਾਈਲਾਂ ਟਰਾਂਸਫਰ ਹੁੰਦੀਆਂ ਨੇ ਤੁਹਾਨੂੰ ਪਤਾ ਹੈ ਕਿ ਇੰਟਰਨੈਟ ਤੋਂ ਜੇਕਰ ਕੰਪਿਊਟਰ ਦੇ ਵਿੱਚ ਜਾਂ ਮੋਬਾਈਲ ਦੇ ਵਿੱਚ ਕੋਈ ਫਾਈਲ ਆਈ ਆ ਤਾਂ ਹੁਣ ਅਸੀਂ ਕੀ ਕਰਦੇ ਹਾਂ ਉਹ ਪ੍ਰੇਕਿਰਿਆ ਨੂੰ ਅਸੀਂ ਕੀ ਕਰਦੇ ਹਾਂ ਅਸੀਂ ਡਾਊਨਲੋਡ ਹੀ ਕਰਦੇ ਹਾਂ ਨਾ ਤਾਂ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਡਾਊਨਲੋਡਿੰਗ ਕਿਹਾ ਜਾਂਦਾ ਹੈ ਦੇਖੋ ਐਗਜ਼ਾਮੀਨੇਸ਼ਨ ਦਾ ਜਿਹੜਾ ਐਗਜ਼ਾਮੀਨਰ ਆ ਉਹ ਤੁਹਾਨੂੰ ਪਜ਼ਲ ਕਰਨ ਦੇ ਲਈ ਕੁਐਸਚਨ ਕੁਮਾਫਰਾ ਕੇ ਪਾ ਸਕਦਾ ਉਹ ਇੰਟਰਨੈਟ ਦੀ ਜਗ੍ਹਾ ਤੇ ਸਰਵਰ ਲਿਖ ਸਕਦਾ ਵੈਬ ਲਿਖ ਸਕਦਾ ਠੀਕ ਹੈ ਜੇ ਇਹ ਕਹਿੰਦੇ ਲਿਖ ਸਕਦਾ ਕਿ ਸਰਵਰ ਤੋਂ ਤੁਹਾਡੇ ਕੰਪਿਊਟਰ ਤੇ ਫਾਈਲਾਂ ਟਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਆ ਡਾਊਨਲੋਡ ਕਹਿੰਦੇ ਆ ਠੀਕ ਹੈ ਵੈਬ ਤੋਂ ਤੁਹਾਡੇ ਕੰਪਿਊਟਰ ਤੇ ਫਾਈਲਾਂ ਟਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਆ ਉਹਨੂੰ ਵੀ ਡਾਊਨਲੋਡ ਹੀ ਕਹਿੰਦੇ ਆ ਠੀਕ ਹੈ ਜੀ ਵੈਬ ਹੁੰਦੀ ਹੈ ਜਿਵੇਂ ਕਿ ਅਸੀਂ ਕੋਈ ਮੇਨ ਪੇਜ ਖੋਲਦੇ ਆ Chrome ਦੇ ਵਿੱਚ ਜਾ ਕੇ Google ਤੇ ਜਾ ਕੇ ਖੋਲ ਲੈਂਦੇ ਆ ਕੋਈ ਵੈਬਸਾਈਟ ਖੋਲਦੇ ਆ ਉਹਨੂੰ ਹੀ ਅਸੀਂ ਵੈਬ ਬੋਲ ਦਿੰਦੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਕੋਈ ਕੁਐਸਚਨ ਨਹੀਂ ਆ ਸਕਦਾ ਵਾ ਕਿ ਇੰਟਰਨੈਟ ਕੰਪਿਊਟਰ ਤੋਂ ਸਰਵਰ ਵਿੱਚ ਜਾਣਕਾਰੀ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਆ ਦੇਖੋ ਧਿਆਨ ਨਾਲ ਸੁਣੋ ਮੈਂ ਕੀ ਬੋਲ ਰਹੀ ਆ ਇਸ ਦਾ ਹੀ ਉਲਟਾ ਜਿਹੜਾ ਕਿ ਐਗਜ਼ਾਮ ਦੇ ਵਿੱਚ ਆ ਚੁੱਕਿਆ ਵਾ ਇੰਟਰਨੈਟ ਉੱਤੇ ਕੰਪਿਊਟਰ ਤੋਂ ਸਰਵਰ ਵਿੱਚ ਜਾਣਕਾਰੀ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਆ ਅਪਲੋਡਿੰਗ ਬੋਲਦੇ ਆ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਨੈਕਸਟ ਕੁਐਸ਼ਨ ਫਾਦਰ ਆਫ ਮਾਡਰਨ ਕੰਪਿਊਟਰ ਹਾਂਜੀ ਫਾਦਰ ਆਫ ਮਾਡਰਨ ਕੰਪਿਊਟਰ ਕਿ ਹੁੰਦਾ ਹੈ ਯਾਨੀ ਕਿ ਆਧੁਨਿਕ ਕੰਪਿਊਟਰ ਆਧੁਨਿਕ ਕੰਪਿਊਟਰ ਦਾ ਪਿਤਾ ਕੌਣ ਆ ਦੇਖੋ ਆਧੁਨਿਕ ਕੰਪਿਊਟਰ ਦੇ ਪਿਤਾ ਨੇ ਐਲਨ ਟਰਿੰਗ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਇਹ ਇੱਕ ਮੈਥ ਟੀਚਰ ਸੀ ਪਰ ਇਹਨਾਂ ਨੇ ਕੰਪਿਊਟਰ ਦੇ ਉੱਤੇ ਬਹੁਤ ਵੱਡੀ ਖੋਜ ਕੀਤੀ ਆ ਠੀਕ ਹੈ ਜੀ ਤੇ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਫਾਦਰ ਆਫ ਸਾਇੰਸ ਵੀ ਲਿਖਿਆ ਜਾ ਸਕਦਾ ਇਸ ਗੱਲ ਦਾ ਧਿਆਨ ਰੱਖਣਾ ਫਾਦਰ ਆਫ ਸਾਇੰਸ ਜਾਂ ਫਾਦਰ ਆਫ ਮਾਡਰਨ ਠੀਕ ਹੈ ਮਾਡਰਨ ਕੰਪਿਊਟਰ ਅੱਗੇ ਤੁਸੀਂ ਸੋਚਦੇ ਹੋਵੋਗੇ ਕਿ ਫਾਦਰ ਆਫ ਕੰਪਿਊਟਰ ਤਾਂ ਚਾਰਲਸ ਬੈਬਜ ਨੂੰ ਵੀ ਬੋਲਿਆ ਜਾਂਦਾ ਚਾਰਲਸ ਬੈਬਜ ਨੂੰ ਅਸੀਂ ਫਾਦਰ ਆਫ ਕੰਪਿਊਟਰ ਬੋਲਦੇ ਆ ਪਰ ਫਾਦਰ ਆਫ ਮਾਡਰਨ ਕੰਪਿਊਟਰ ਅਸੀਂ ਕਿਹਨੂੰ ਬੋਲਦੇ ਆ ਐਲਨ ਨੂੰ ਇਸ ਗੱਲ ਦਾ ਧਿਆਨ ਰੱਖਣਾ ਤੇ ਚਾਰਲਸ ਬੈਬਜ ਨੇ ਕੀ ਕੀਤਾ ਸੀਗਾ ਇਹਨਾਂ ਨੇ ਐਨਾਲਿਟਿਕਲ ਇੰਜਨ ਬਣਾਇਆ ਸੀਗਾ ਹਾਂਜੀ ਅੱਗੇ ਤੁਹਾਨੂੰ ਨਾਮ ਲਿਖਿਆ ਦਿਖ ਰਿਹਾ ਟੈਡ ਹੌਫ ਇਹਨਾਂ ਨੂੰ ਫਾਦਰ ਆਫ ਡੀਵੀਐਮਐਸ ਕਿਹਾ ਜਾਂਦਾ ਠੀਕ ਹੈ ਫਾਦਰ ਆਫ ਡੀਵੀਐਮਐਸ ਜਾਨੀ ਕਿ ਡਾਟਾ ਵੇਜ਼ ਮੈਨੇਜਮੈਂਟ ਸਿਸਟਮ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਕੰਪਿਊਟਰ ਸ਼ਬਦ ਕਿਹੜੀ ਭਾਸ਼ਾ ਤੋਂ ਆਇਆ ਹੈ ਹਾਂਜੀ ਕੰਪਿਊਟਰ ਸ਼ਬਦ ਦਾ ਜਿਹੜਾ ਹੈ ਕਿਹੜੀ ਭਾਸ਼ਾ ਤੋਂ ਲਿਆ ਗਿਆ ਬਹੁਤ ਸਾਰੇ ਸਟੂਡੈਂਟਸ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਸੀਂ ਬਹੁਤ ਸਾਰੀਆਂ ਬੁੱਕਸ ਦੇ ਵਿੱਚ ਲਿਖਿਆ ਹੋਇਆ ਕਿ ਗ੍ਰੀਕ ਭਾਸ਼ਾ ਤੋਂ ਲਿਆ ਜਾਂਦਾ ਬਹੁਤ ਸਾਰੀਆਂ ਬੁੱਕਸ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਦੇ ਵਿੱਚ ਗ੍ਰੀਕ ਲਿਖਿਆ ਜਾਂਦਾ ਪਰ ਉਹ ਬਿਲਕੁਲ ਗਲਤ ਆ ਕੰਪਿਊਟਰ ਸ਼ਬਦ ਦਾ ਜਿਹੜਾ ਉਹ ਲਾਤੀਨ ਭਾਸ਼ਾ ਦਾ ਸ਼ਬਦ ਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਦੇਖੋ ਕੰਪਿਊਟਰ ਦਾ ਮਤਲਬ ਕੀ ਹੁੰਦਾ ਕੰਪਿਊਟਰ ਤੁਸੀਂ ਦੇਖ ਸਕਦੇ ਹੋ ਕੰਪਿਊਟਰ ਕੰਪਿਊਟਰ ਦਾ ਮਤਲਬ ਹੁੰਦਾ ਗਣਨਾ ਕਰਨਾ ਕੈਲਕੂਲੇਟ ਕਰਨਾ ਤੇ ਇਸ ਤੋਂ ਹੀ ਬਣਿਆ ਮਾ ਕੰਪਿਊਟਰ ਠੀਕ ਹੈ ਜੀ ਨੈਕਸਟ ਕਿਹੜੀ ਇਕਾਈ CPU ਅਤੇ CPU ਅਤੇ ਇਨਪੁਟ ਆਉਟਪੁਟ ਵਿਚਕਾਰ ਸਿਗਨਲਾਂ ਦੀ ਗਤੀ ਨੂੰ ਨਿਰੰਤਰਿਤ ਕਰਦੀ ਹੈ ਹਾਂਜੀ ਕਿਹੜੀ ਸਪੀਡ ਆ ਜਿਹੜੀ CPU ਅਤੇ ਇਨਪੁਟ ਆਉਟਪੁਟ ਵਿਚਕਾਰ ਸਿਗਨਲਾਂ ਦੀ ਗਤੀ ਨੂੰ ਨਿਰੰਤਰਿਤ ਕਰਦੀ ਹੈ ਕੰਟਰੋਲ ਯੂਨਿਟ অপশন নাম্বার বি ইজ দা রাইট আনসার। اگلا ප්‍රශ්නਾ ਜੀ। ਇੱਕ ਈਮੇਲ ਖਾਤੇ ਵਿੱਚ ਇੱਕ ਸਟੋਰੇਜ ਖੇਤਰ ਸ਼ਾਮਿਲ ਹੁੰਦਾ। ਹਾਂਜੀ ਈਮੇਲ ਦੇ ਬਾਰੇ ਤੁਹਾਨੂੰ ਸਭ ਨੂੰ ਪਤਾ ਹੋਵੇਗਾ। ਈਮੇਲ ਦੇ ਖਾਤੇ ਵਿੱਚ ਇੱਕ ਸਟੋਰੇਜ ਖੇਤਰ ਸ਼ਾਮਿਲ ਹੁੰਦਾ ਜਿਸ ਨੂੰ ਅਕਸਰ ਕੀ ਕਿਹਾ ਜਾਂਦਾ? ਹਾਂਜੀ ਤੁਸੀਂ ਦੇਖਿਆ ਹੋਣਾ। ਇੱਕ ਈਮੇਲ ਦੇ ਵਿੱਚ ਸਟੋਰੇਜ ਖੇਤਰ ਦੇ ਵਿੱਚ ਜਿਹੜਾ ਤੁਹਾਨੂੰ ਸਟੋਰੇਜ ਖੇਤਰ ਜਿਹਦੇ ਵਿੱਚ ਜਾਨੀ ਕਿ ਸਾਡੇ ਮੈਸੇਜ ਵਗੈਰਾ ਪਏ ਹੁੰਦੇ ਆ ਠੀਕ ਹੈ ਤਾਂ ਉਸ ਨੂੰ ਅਸੀਂ ਅਕਸਰ ਮੇਲਬਾਕਸ ਬੋਲ ਦਿੰਦੇ ਆ ਇਹਦੀ ਜਗ੍ਹਾ ਤੇ ਤੁਹਾਨੂੰ ਇਨਬਾਕਸ ਵੀ ਆ ਸਕਦਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਆ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਆ ਕਿ ਕਿਹੜੀ ਕੁੰਜੀ ਕਰਸਰ ਦੇ ਸੱਜੇ ਪਾਸੇ ਵਾਲੇ ਅੱਖਰ ਨੂੰ ਮਿਟਾ ਆ ਦਿੰਦੀ ਆ ਦੇਖੋ ਮੈਂ ਇੱਥੇ ਤੁਹਾਡੇ ਸਾਹਮਣੇ ਕੋਈ ਵਰਡ ਲਿਖਦੀ ਆ ਕੁਝ ਵੀ ਲਿਖ ਲੈਨੇ ਆਪਾਂ ਚਲੋ ਇਨਬਾਕਸ ਹੀ ਲਿਖ ਲੈਨੇ ਆਪਾਂ ਉੱਪਰ ਇਨਬਾਕਸ ਦੀ ਗੱਲ ਕੀਤੀ ਆ ਠੀਕ ਹੈ ਹੁਣ ਇਹ ਕਿਹੜੀ ਗੁੰਜੀ ਆ ਜਿਹੜੀ ਕਰ ਸਰ ਦੇ ਸੱਜੇ ਪਾਸੇ ਸੱਜਾ ਪਾਸਾ ਕਿਹੜਾ ਇਹ ਜਿਹੜਾ ਐਕਸ ਪਈਆ ਠੀਕ ਹੈ ਸੱਜੇ ਪਾਸੇ ਵਾਲੇ ਅੱਖਰ ਨੂੰ ਮਿਟਾ ਦਿੰਦੀ ਆ ਦੇਖੋ ਜੇਕਰ ਮੈਂ ਸੱਜੇ ਪਾਸੇ ਵਾਲੇ ਅੱਖਰ ਨੂੰ ਮਿਟਾ ਰਹੀ ਆ ਤਾਂ ਮੈਨੂੰ ਕੀ ਨ ਆਪਣਾ ਪੈਣਾ ਡਿਲੀਟ ਨ ਆਪਣਾ ਪੈਣਾ ਨਾ ਡਿਲੀਟ ਨਾਪਣ ਦੇ ਲਈ ਮੈਂ ਕੀ ਕਰੂੰਗੀ ਸੱਜੇ ਪਾਸੇ ਵਾਲੇ ਅੱਖਰਾਂ ਨੂੰ ਮਿਟਾ ਸਕਦੀ ਆ ਠੀਕ ਹੈ ਜੀ ਤਾਂ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੋਊਗਾ ਪਰ ਜੇਕਰ ਤੁਹਾਨੂੰ ਇੱਥੇ ਆਸੀ ਖੱਬੇ ਪਾਸੇ ਲਈ ਉਹ ਕਿਹੜੀ ਕਰ ਕੁੰਜੀ ਆ ਜਿਹੜੀ ਕਰਸਰ ਦੇ ਖੱਬੇ ਪਾਸੇ ਵਾਲੇ ਅੱਖਰ ਨੂੰ ਮਿਟਾ ਦਿੰਦੀ ਆ ਤਾਂ ਖੱਬੇ ਪਾਸੇ ਵਾਲੇ ਨੂੰ ਭਟਾਉਣ ਦੇ ਲਈ ਅਸੀਂ ਇਹ ਕਰਦੇ ਆ ਬੈਕਸਪੇਸ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਹਾਂਜੀ ਅ ਦੇਖੋ ਤੁਸੀਂ ਡਿਲੀਟ ਅ ਤੁਹਾਡੇ ਲਈ ਨਾ ਇੱਕ ਇੰਪੋਰਟੈਂਟ ਐਮਸੀਕਿਊ ਬਣ ਸਕਦਾ ਵਾ ਜਿਹੜਾ ਕਿ ਐਗਜ਼ਾਮ ਦੇ ਵਿੱਚ ਆਇਆ ਵਾ ਡਿਲੀਟ ਕੀ ਦੀ ਵਰਤੋਂ ਕਰਸਰ ਦੇ ডائیں ਅੱਖਰਾਂ ਨੂੰ ਮਿਟਾਉਣ ਲਈ ਕੀਤੀ ਜਾਂਦੀ ਆ ਹਾਂਜੀ ਡਿਲੀਟ ਕੀ ਦੀ ਵਰਤੋਂ ਕਰ ਸਰ ਦੇ ਕਿਹੜੇ ਅੱਖਰਾਂ ਨੂੰ ਮਿਟਾਉਣ ਲਈ ਕੀਤੀ ਜਾਂਦੀ ਆ ਮੈਂ ਆਲਰੇਡੀ ਤੁਹਾਨੂੰ ਇਹ ਚ ਦੱਸਿਆ ਸੱਜੇ ਪਾਸੇ ਵਾਲਿਆਂ ਨੂੰ ਏਕੇ ਜੀ ਅਗਲਾ ਪ੍ਰਸ਼ਨ ਡਿਲੀਟ ਕੀ ਦੀ ਵਰਤੋਂ ਕਰ ਸਰ ਦੇ ਅੱਖਰਾਂ ਨੂੰ ਮਿਟਾਉਣ ਲਈ ਹੁੰਦੀ ਹੈ ਹਾਂਜੀ ਕਿਹੜੀ ਡਿਲੀਟ ਕੀ ਦੀ ਹੁੰਦੀ ਆ ਆ ਸੌਰੀ ਡਿਲੀਟ ਕੀ ਦੀ ਤਾਂ ਵਰਤੋਂ ਹੁੰਦੀ ਆ ਪਰ ਕਿਹੜੇ ਅੱਖਰਾਂ ਨੂੰ ਮਿਟਾਉਣ ਲਈ ਹੁੰਦੀ ਆ ਸੱਜਿਆਂ ਨੂੰ ਆਪਸ਼ਨ ਨੰਬਰ 2 ਦਾ ਰਾਈਟ ਆਨਸਰ ਵੈਰੀ ਇੰਪੋਰਟੈਂਟ ਇਹ ਜੇਲ੍ਹ ਵੱਟ ਦੇ ਐਗਜ਼ਾਮ ਦੇ ਵਿੱਚ ਆ ਚੁੱਕਿਆ ਕੁਐਸਚਨ ਅਗਲਾ ਪ੍ਰਸ਼ਨ ਇੱਕ ਵੈਬ ਪੇਜ ਵਿੱਚ ਇੱਕ ਸ਼ਬਦ ਜਿਸ ਤੇ ਜਦੋਂ ਕਲਿੱਕ ਕੀਤਾ ਜਾਂਦਾ ਹੈ ਇੱਕ ਹੋਰ ਦਸਤਾਵੇਜ਼ ਖੁੱਲਦਾ ਵਾ ਹਾਂਜੀ ਇਹਨਾਂ ਦੇ ਵਿੱਚੋਂ ਵੈਬ ਪੇਜ ਤੇ ਕਿਹੜਾ ਆ ਕਿਹੜਾ ਸ਼ਬਦ ਆ ਜਿਹਨੂੰ ਅਸੀਂ ਜਦੋਂ ਕਲਿੱਕ ਕਰਾਂਗੇ ਤਾਂ ਇੱਕ ਹੋਰ ਦਸਤਾਵੇਜ਼ ਖੁੱਲੇਗਾ ਤਾਂ ਇਹ ਸ਼ਬਦ ਆ ਜੀ ਹਾਈਪਰਲਿੰਕ ਦਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਵੈਬ ਦੀ ਜਗ੍ਹਾ ਤੇ ਇੰਟਰਨੈਟ ਵੀ ਲਿਖਿਆ ਸਕਦਾ ਧਿਆਨ ਰੱਖਣਾ ਅਗਲਾ ਪ੍ਰਸ਼ਨ ਆ ਜੀ ਐਮ ਐਸ ਵਰਡ ਹਾਂਜੀ ਐਮ ਐਸ ਵਰਡ ਇਸ ਦੇ ਵਿੱਚ ਸੁਪਰ ਸਕ੍ਰਿਪਟ ਇੱਕ ਇਸ ਨਾਮ ਵਜੋਂ ਜਾਣੇ ਜਾਂਦੇ ਆ ਸਟ੍ਰਾਈਕ ਥਰੂ ਇਹ ਕਿਹੜੇ ਨਾਮ ਵਜੋਂ ਜਾਣੇ ਜਾਂਦੇ ਆ ਜਿਹੜੇ ਵੀ ਤੁਹਾਨੂੰ ਲਿਖੇ ਦਿਖ ਰਹੇ ਆ ਫੌਂਟ ਇਫੈਕਟ ਦੇ ਨਾਮ ਵਜੋਂ ਜਾਣੇ ਜਾਂਦੇ ਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਹ ਤਾਂ ਦੇਖੋ ਸੁਪਰ ਸਕ੍ਰਿਪਟ ਦਾ ਕੀ ਮਤਲਬ ਆ ਸੁਪਰ ਸਕ੍ਰਿਪਟ ਦਾ ਕੀ ਮਤਲਬ ਆ ਦੇਖੋ ਮੈਂ ਨਹੀਂ ਕਿਹਾ ਵਾ ਐਕਸ ਦੀ ਪਾਵਰ 2 ਠੀਕ ਹੈ ਇਹਦੇ ਵਿੱਚ ਕੀ ਆ ਜਿੱਥੇ ਤਾਂ ਮੈਂ ਐਕਸ ਲਿਖਿਆ ਵਾ ਇਹ ਕੀ ਹੈ ਇੱਕ ਬੇਸ ਲਾਈਨ ਆ ਮੰਨ ਲਓ ਮੈਂ ਇੱਥੇ ਐਕਸ ਲਿਖਿਆ ਵਾ ਇਹ ਕੀ ਹੈ ਇੱਕ ਬੇਸ ਲਾਈਨ ਆ ਪਰ ਮੈਂ ਉੱਪਰ ਪਾਵਰ 2 ਲਿਖਿਆ ਵਾ ਜਿਹੜਾ ਉੱਪਰ ਪਾਵਰ 2 ਲਿਖਿਆ ਨਾ ਇਹਨੂੰ ਬੋਲਦੇ ਆ ਸੁਪਰਸਕ੍ਰਿਪਟ ਠੀਕ ਹੈ ਜੀ ਪਰ ਜਿਵੇਂ ਲਿਖਦਾ HO2 ਤੁਸੀਂ ਸਾਇੰਸ ਦੇ ਵਿੱਚ ਪੜਿਆ ਹੋਣਾ HO2 ਲਿਖਦਾ ਤਾਂ ਇਹਨੂੰ ਅਸੀਂ ਕੀ ਬੋਲਦੇ ਆ ਇਹਨੂੰ ਅਸੀਂ ਬੋਲਦੇ ਆ ਸਬਸਕ੍ਰਿਪਟ ਠੀਕ ਹੈ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਤੇ ਇੱਕ ਹੁੰਦਾ ਵਾ ਜਿਵੇਂ ਮੈਂ ਤੁਹਾਨੂੰ ਲਿਖਦਾ ਇੱਥੇ ਹੈਲੋ ਹੈਲੋ ਲਿਖ ਕੇ ਮੈਂ ਉੱਪਰ ਲਾਈਨ ਲਾਦਾ ਇਹਨੂੰ ਅਸੀਂ ਬੋਲਦੇ ਹਾਂ ਸਟ੍ਰਾਈਕ ਥਰੂ ਠੀਕ ਹੈ ਇਹਨਾਂ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਇਹਨੂੰ ਅਸੀਂ ਬੋਲ ਦਿੰਦੇ ਹਾਂ ਫੌਂਟ ਇਫੈਕਟਸ ਕਿਉਂਕਿ ਇਫੈਕਟ ਪੈ ਰਹੇ ਹਨ ਤੁਹਾਨੂੰ ਦਿਖ ਰਿਹਾ ਪਹਿਲਾਂ ਤਾਂ ਅਸੀਂ ਬੇਸ ਸਕੁਅਰ ਚ ਲਿਖਿਆ ਯਾਨੀ ਕਿ ਸਿਰ ਤੇ ਲਿਖਿਆ ਫਿਰ ਅਸੀਂ ਬੇਸ ਤੇ ਲਿਖਿਆ ਫਿਰ ਅਸੀਂ ਲਾਈਨ ਉੱਪਰ ਲਗਾਤੀ ਸਾਰਿਆਂ ਦਾ ਹਲਕ-ਲਕ ਮੀਨਿੰਗ ਆ ਅਗਲਾ ਪ੍ਰਸ਼ਨ ਹੈ ਜੀ ਕਿਹੜਾ ਇੱਕ ਇਨਪੁਟ ਡਿਵਾਈਸ ਨਹੀਂ ਹੈ ਹਾਂਜੀ ਇਨਪੁਟ ਡਿਵਾਈਸ ਨਹੀਂ ਹੈ ਇਨਪੁਟ ਡਿਵਾਈਸ ਕਿਹੜਾ ਨਹੀਂਗਾ ਇਹਨਾਂ ਦੇ ਵਿੱਚੋਂ ਪਲੋਟਰ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਦੇਖੋ ਟੱਚ ਸਕਰੀਨ ਮਾਊਸ ਸਕੈਨਰ ਇਹ ਸਾਰੇ ਕੀ ਆ ਇਨਪੁਟ ਡਿਵਾਈਸ ਆ ਪਰ ਇਨਪੁਟ ਡਿਵਾਈਸ ਕਿਹੜਾ ਨਹੀਂਗਾ ਪਲੋਟਰ ਨਹੀਂਗਾ ਇਹ ਕਿਉਂ ਨਹੀਂਗਾ ਇਹ ਇੱਕ ਆਉਟਪੁਟ ਡਿਵਾਈਸ ਆ ਇਹ ਨਕਸ਼ੇ ਅਤੇ ਫਲੈਕਸ ਕੱਢਣ ਦੇ ਕੰਮ ਆਉਂਦਾ ਵਾ ਹਾਂਜੀ ਅਗਲਾ ਪ੍ਰਸ਼ਨ ਐਮ ਐਸ ਵਰਡ ਵਿੱਚ ਦਸਤਾਵੇਜ਼ ਦੇ ਨਾਲ ਕੰਮ ਕਰਦੇ ਸਮੇਂ ਅਚਾਨਕ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹਾਂਜੀ ਐਮ ਐਸ ਵਰਡ ਦੇ ਵਿੱਚ ਜੇਕਰ ਤੁਸੀਂ ਕਿਸੇ ਦਸਤਾਵੇਜ਼ ਤੇ ਕੰਮ ਕਰ ਰਹੇ ਹੋ ਤਾਂ ਅਚਾਨਕ ਤੁਹਾਡੇ ਤੋਂ ਕੋਈ ਗਲਤੀ ਹੋ ਜਾਂਦੀ ਆ ਤਾਂ ਕਾਰਵਾਈ ਨੂੰ ਵਾਪਸ ਕਰਨ ਲਈ ਤੁਸੀਂ ਕਿਹੜੀ ਕੁੰਜੀ ਦੀ ਵਰਤੋਂ ਕਰੋਗੇ ਦੇਖੋ ਤੁਸੀਂ ਸੁਣਿਆ ਹੋਣਾ ਅਨਡੋ ਅਤੇ ਰੀਡੋ ਠੀਕ ਹੈ ਅਨਡੋ ਦਾ ਮਤਲਬ ਹੁੰਦਾ ਪਿੱਛੇ ਜਾਣਾ ਤੇ ਰੀਡੋ ਦਾ ਮਤਲਬ ਹੁੰਦਾ ਅੱਗੇ ਜਾਣਾ ਠੀਕ ਹੈ ਹੁਣ ਦੇਖੋ ਅਸਾਂ ਦੇ ਤੋਂ ਤਾਂ ਗਲਤੀ ਹੋਈ ਆ ਅਸੀਂ ਕੀ ਕਰਨਾ ਪਿੱਛੇ ਜਾਣਾ ਪਿੱਛੇ ਜਾਣਾ ਮਤਲਬ ਅਸੀਂ ਅਨਡੋ ਕਰਨਾ ਅਨਡੂ ਅਨਡੂ ਲਿਖ ਸਕਦੇ ਆ ਠੀਕ ਹੈ ਅਨਡੂ ਵੀ ਲਿਖ ਸਕਦੇ ਆ ਸਾਰਿਆਂ ਦੇ ਆਪਣੀ ਆਪਣੀ ਮਤਲਬ ਕੋਈ ਕੀ ਬੋਲ ਦਿੰਦਾ ਕੋਈ ਕੀ ਬੋਲ ਦਿੰਦਾ ਵੈਸੇ ਤਾਂ ਅਨਡੂ ਆ ਇਹ ਠੀਕ ਹੈ ਅਨਡੂ ਦਾ ਮਤਲਬ ਕੀ ਹੁੰਦਾ ਵਾ ਪਿੱਛੇ ਜਾਣਾ ਪਿੱਛੇ ਜਾਣ ਲਈ ਅਸੀਂ ਕੀ ਵਰਤਦੇ ਆ ਕੰਟਰੋਲ ਪਲੱਸ ਜੈਡ ਤੇ ਜੇਕਰ ਅਸੀਂ ਅੱਗੇ ਜਾਣਾ ਰੀਡੋ ਕਰਨਾ ਵਾ ਰੀਡੂ ਕਹਿ ਸਕਦੇ ਆ ਤੇ ਇਹਦੇ ਲਈ ਇਸੇ ਕੰਟਰੋਲ ਪਲੱਸ ਵਾਈ ਵੀ ਵਰਤ ਸਕਦੇ ਆ ਠੀਕ ਹੈ ਜੀ ਕੰਟਰੋਲ ਪਲੱਸ ਵਾਈ ਅਗਲਾ ਪ੍ਰਸ਼ਨ ਮੈਮਰੀ ਟੀਵੀ KB GB MB ਦੀਆਂ ਇਕਾਈਆਂ ਨੂੰ ਘਟਦੇ ਕਰਮ ਵਿੱਚ ਲਿਖੋ ਦੇਖੋ ਘਟਦੇ ਕਰਮ ਦੇ ਵਿੱਚ ਲਿਖਣਾ ਸੀ ਘਟਦਾ ਵੀ ਆ ਸਕਦਾ ਵਧਦਾ ਵੀ ਆ ਸਕਦਾ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਭ ਤੋਂ স্মੋਲੇਸਟ ਯੂਨਿਟ ਕਿਹੜੀ ਆ ਸਭ ਤੋਂ স্মੋਲੇਸਟ ਯੂਨਿਟ ਆ ਜਿਹੜੀ ਕੰਪਿਊਟਰ ਦੇ ਵਿੱਚ ਜਾਂ ਕੰਪਿਊਟਰ ਮੈਮਰੀ ਦੇ ਵਿੱਚ ਹੁੰਦੀ ਆ ਬਿਟ ਦੀ ਠੀਕ ਹੈ 1 ਬਿਟ ਦੀ ਹੁੰਦੀ ਆ ਪਰ ਤੁਹਾਨੂੰ ਬਹੁਤ ਇੰਪੋਰਟੈਂਟ ਆ ਇਹ ਪਤਾ ਹੋਣਾ ਚਾਹੀਦਾ ਕਿ ਕੰਪਿਊਟਰ ਬਾਈਨਰੀ ਭਾਸ਼ਾ ਤੇ ਕੰਮ ਕਰਦਾ ਵਾ ਕਿਹੜੀ ਬਸ਼ਾ ਤੇ ਕੰਮ ਕਰਦਾ ਬਾਈਨਰੀ ਤੇ ਜਿਹੜੀ ਕਿ 0 1 ਦੀ ਫਾਰਮ ਚ ਹੁੰਦੀ ਆ ਜਾਨੀ ਕਿ ਆਨ ਆਫ ਇਹਦਾ ਮਤਲਬ ਹੁੰਦਾ ਆਨ ਆਫ ਆਨ ਆਫ ਠੀਕ ਹੈ ਤੇ 0 ਨੂੰ ਅਸੀਂ ਕੀ ਬੋਲਦੇ ਆ ਬਿਟ ਬੋਲਦੇ ਆ ਠੀਕ ਹੈ 0 ਨੂੰ ਕੀ ਬੋਲਦੇ ਆ 0 ਨੂੰ ਵੀ ਅਸੀਂ ਬਿਟ ਬੋਲਦੇ ਆ ਤੇ 1 ਨੂੰ ਵੀ ਅਸੀਂ ਬਿਟ ਬੋਲਦੇ ਆ ਕੀ ਬੋਲਦੇ ਆ 0 ਨੂੰ ਵੀ ਬਿਟ ਬੋਲਦੇ ਆ ਤੇ 1 ਨੂੰ ਵੀ ਬਿਟ ਬੋਲਦੇ ਆ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਕੰਪਿਊਟਰ ਬਿਟ ਨੂੰ ਜੋੜ ਕੇ ਵੀ ਅਸੀਂ ਕੰਮ ਕਰ ਸਕਦੇ ਆ ਅਸੀਂ ਕਿਵੇਂ ਕੰਮ ਕਰ ਸਕਦੇ ਆ 0 1 0 1 01 ਹੁਣ ਜ਼ਰੂਰੀ ਨਹੀਂ 001 0101 01 ਨਹੀਂ ਲਿਖੀਏ ਇਹਨੂੰ ਅਸੀਂ 000111111 ਕਿਸੇ ਵੀ ਤਰ੍ਹਾਂ ਲਿਖ ਸਕਦੇ ਹਾਂ ਠੀਕ ਹੈ ਹੋਣਾ ਜਾਂਦਾ ਇੱਥੇ ਸਾਡਾ ਮੇਨ ਪੁਆਇੰਟ ਦੇਖੋ ਅਸੀਂ ਗੱਲ ਕੀਤੀ ਸੀ 01 ਦੀ ਠੀਕ ਹੈ 01 ਦੇ ਵਿੱਚ ਹੁਣ ਮੈਂ ਜੇ ਇੱਕ ਹੋਰ ਇਹਦੇ ਨਾਲ ਲਗਾਦਾ 01 ਠੀਕ ਹੈ ਮਤਲਬ ਇਹ ਕੀ ਬਣ ਗਈਆਂ 4 ਬਿਟ ਬਣ ਗਈਆਂ 4 ਬਿਟ ਕੀ ਦੇ ਬਰਾਬਰ ਹੁੰਦੀ ਹੈ ਇੱਕ ਨਿਬਲ ਦੇ ਬਰਾਬਰ ਹੁੰਦੀ ਹੈ ਠੀਕ ਹੈ ਇਜੈਕ ਨਿਬਲ ਕਿਹਦੇ ਬਰਾਬਰ ਹੁੰਦੀ ਆ 4 ਬਿਟ ਦੇ ਬਰਾਬਰ ਹੁਣ ਮੈਂ ਮੰਨ ਲਓ ਇਹਦੇ ਵਿੱਚ ਖੁਦੋ ਹੋਰ ਐਡ ਕਰਦਾ 4 ਠੀਕ ਹੈ 4 ਹੋਰ ਐਡ ਕਰਦਾ ਤਾਂ ਇਹ ਕੀ ਬਣ ਜਾਣੀ ਆ 1 ਬਾਈਟ ਬਣ ਜਾਣੀ ਆ ਤੇ ਇਹ 1 ਬਾਈਟ ਆ ਜਿਹੜੀ ਦੇਖੋ 1 ਬਾਈਟ ਦੀ ਗੱਲ ਹੋ ਗਈ 1 ਬਾਈਟ ਕਿੰਨੇ 8 ਬਿਟ ਦੇ ਬਰਾਬਰ ਹੁੰਦੀ ਆ ਫੇਰ ਆਉਂਦੀ ਆ 1 ਕੇਵੀ ਕੇਵੀ ਸਭ ਤੋਂ ਛੋਟੀ ਹੁੰਦੀ ਆ ਇਹਨਾਂ ਦੇ ਵਿੱਚੋਂ ਜੇਕਰ ਅਸੀਂ ਗੱਲ ਕਰੀਏ ਠੀਕ ਹੈ ਵੈਸੇ ਤਾਂ ਸਭ ਤੋਂ ਛੋਟੀ ਬਿਟ ਹੁੰਦੀ ਆ ਪਰ ਇਹਦੇ ਵਿੱਚ ਕੇਵੀ ਛੋਟੀ ਹੁੰਦੀ ਆ ਹੁਣ ਜੇ ਇਹ ਕਰ ਅਸੀਂ ਇਹਨਾਂ ਦੇ ਵਿੱਚ ਪੁਆਇੰਟ ਆਫ 뷰 ਤੋਂ ਦੇਖੀਏ ਇਸ ਕੁਐਸ਼ਨ ਦੇ ਆ 1 KB ਸਭ ਤੋਂ ਛੋਟੀ ਹੁੰਦੀ ਹੈ ਇਸ ਦੇ ਵਿੱਚ ਹੁੰਦਾ ਹੈ 1024 ਬਾਈਟ ਤੇ ਉਸ ਤੋਂ ਬਾਅਦ 1 MB ਜਾਨੀ ਕਿ ਮੈਗਾਬਾਈਟ ਦੇ ਵਿੱਚ 1024 KB ਹੁੰਦੀਆਂ 1 GB ਦੇ ਵਿੱਚ 1024 MB ਹੁੰਦੀਆਂ 1 TB ਦੇ ਵਿੱਚ 1024 GB ਹੁੰਦੀ ਆ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਸਭ ਤੋਂ ਛੋਟਾ ਇਹਦੇ ਵਿੱਚ ਹੈ KB ਤੇ ਸਭ ਤੋਂ ਵੱਡਾ ਕੀ ਹੈ TB ਆ ਠੀਕ ਹੈ ਜਾਨਕਿ ਟੈਰਾਬਾਈਟ ਹੁਣ ਅਸੀਂ ਕੀ ਕਰਨਾ ਵਾ ਇਹਨਾਂ ਨੂੰ ਘਟਦੇ ਕ੍ਰਮ ਦੇ ਵਿੱਚ ਲਿਖਣਾ ਮਤਲਬ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ TB MB ਮਤਲਬ ਸਭ ਘਟਦੇ ਕ੍ਰਮ ਮਤਲਬ ਪਹਿਲਾਂ ਵੱਡਾ ਫਿਰ ਛੋਟਾ ਫਿਰ ਉਸ ਤੋਂ ਛੋਟਾ ਫਿਰ ਉਸ ਤੋਂ ਛੋਟਾ ਠੀਕ ਹੈ ਇਸ ਤਰ੍ਹਾਂ ਲਿਖਣਾ ਤਾਂ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਆ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਵਪਾਰਕ ਵਿਸ਼ਲੇਸ਼ਣ ਲਈ ਹੇਠ ਦਿੱਤੇ ਸੌਫਟਵੇਅਰਾਂ ਵਿੱਚੋਂ ਕਿਹੜਾ ਸੌਫਟਵੇਅਰ ਵਰਤਿਆ ਜਾਂਦਾ ਹੈ ਵਪਾਰਕ ਵਿਸ਼ਲੇਸ਼ਣ ਦੇ ਲਈ ਇਹਨਾਂ ਸੌਫਟਵੇਅਰ ਦੇ ਵਿੱਚੋਂ ਐਮਐਸ ਐਕਸਲ ਸੌਫਟਵੇਅਰ ਵਰਤਿਆ ਜਾਂਦਾ ਹੈ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਦੇਖੋ ਐਮਐਸ ਦਾ ਮਤਲਬ ਕੀ ਹੁੰਦਾ ਮਾਈਕਰੋਸਾਫਟ ਠੀਕ ਹੈ ਤੇ ਕੰਪਿਊਟਰ ਦੇ ਵਿੱਚ ਇੱਕ ਤੁਸੀਂ ਦੇਖਿਆ ਹੋਣਾ ਪੈਕੇਜ ਮਿਲਦਾ ਵਾ ਐਮਐਸ ਆਫਿਸ ਦਾ ਇਸ ਵਿੱਚ ਐਮਐਸ ਵਰਲਡ ਐਮਐਸ ਪਾਵਰ ਪੁਆਇੰਟ ਐਮਐਸ ਐਕਸਲ ਹੁੰਦਾ ਤੇ ਐਮਐਸ ਐਕਸਲ ਮਤਲਬ ਕੀ ਆ ਇੱਥੇ ਐਮਐਸ ਦਾ ਮਤਲਬ ਕੀ ਆ ਮਾਈਕਰੋਸਾਫਟ ਠੀਕ ਹੈ ਤੇ ਵਪਾਰਕ ਵਿਸ਼ਲੇਸ਼ਣ ਲਈ MS Excel ਦੀ ਵਰਤੋਂ ਕੀਤੀ ਜਾਂਦੀ ਆ ਅਗਲਾ ਪ੍ਰਸ਼ਨ ਕਰਦੇ ਆ ਇਹ ਟਾਂ ਲਈ ਦਿੱਤੇ ਵਿੱਚੋਂ ਕਿਹੜਾ ਡਾਟਾਵੇਜ਼ ਪ੍ਰਬੰਧਨ ਸੌਫਟਵੇਅਰ ਦੀ ਇੱਕ ਉਦਾਹਰਣ ਹੈ ਹਾਂਜੀ ਇਹਨਾਂ ਦੇ ਵਿੱਚੋਂ ਡਾਟਾਵੇਜ਼ ਪ੍ਰਬੰਧਨ ਸੌਫਟਵੇਅਰ ਦੀ ਇੱਕ ਉਦਾਹਰਣ ਕਿਹੜੀ ਆ ਤਾਂ ਇਹ ਉਦਾਹਰਣ ਹੈਗੀ ਆ ਜੀ MS Excel ਦੀ Access ਦੀ অপਸ਼ਨ ਨੰਬਰ C ਇਸ ザ राइट आंसर ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਆ ਜੇਕਰ ਕਿਸੇ ਨੇ ਤੁਹਾਨੂੰ ਸਪੈਮ ਤੁਸੀਂ ਦੇਖਿਆ ਹੋਣਾ ਸਪੈਮ ਕਾਲ ਆਉਂਦੀਆਂ ਜੇਕਰ ਤੁਹਾਨੂੰ ਕਿਸੇ ਨੇ ਸਪੈਮ ਮੈਸੇਜ ਭੇਜਿਆ ਵਾ ਤਾਂ ਇਸ ਦਾ ਕੀ ਮਤਲਬ ਹੁੰਦਾ ਹਾਂਜੀ ਜੇਕਰ ਤੁਹਾਨੂੰ ਕਿਸੇ ਨੇ ਸਪੈਮ ਮੈਸੇਜ ਭੇਜ ਦਿੱਤਾ ਤਾਂ ਇਸ ਦਾ ਮਤਲਬ ਕੀ ਹੁੰਦਾ ਸੈਂਡ ਯੂ ਅਨਸੋਲਿਕੇਟਡ ਈਮੇਲ ਅਨਸੋਲਿਕੇਟਡ ਵੀ ਆ ਸਕਦਾ ਅਨਵਾਂਟਡ ਵੀ ਆ ਸਕਦਾ ਸਪੈਮ ਵੀ ਆ ਸਕਦਾ ਇੱਥੇ ਲਿਖਿਆ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੋਵੇਗਾ ਠੀਕ ਹੈ ਜੀ ਅਗਲਾ ਕੁਐਸਚਨ ਆ ਜੇਲ ਸੁਪਰਟੈਂਡੈਂਟ ਦੇ ਐਗਜ਼ਾਮ ਦੇ ਵਿੱਚ ਆ ਚੁੱਕਿਆ ਈਮੇਲ ਭੇਜਣ ਵੇਲੇ सीसी ਅਤੇ BCC ਵਿੱਚ ਕੀ ਅੰਤਰ ਹੈ ਦੇਖੋ CC ਇਹਦਾ ਮਤਲਬ ਹੁੰਦਾ ਕਾਰਬਨ ਕਾਪੀ BCC ਇਹਦਾ ਮਤਲਬ ਹੁੰਦਾ ਬਲਾਈਂਡ ਕਾਰਬਨ ਕਾਪੀ ਦੇਖੋ ਪਹਿਲਾਂ ਕੀ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਕਿ ਉਸ ਟਾਈਮ ਜਿਹੜੀ ਕਾਪੀ ਵਾਲੀ ਮਸ਼ੀਨ ਨਹੀਂ ਆਈ ਸੀ ਜਾਂ ਆਪਾਂ ਕਹਿ ਸਕਦੇ ਹਾਂ ਪ੍ਰਿੰਟਰ ਵਗੈਰਾ ਹੁੰਦੇ ਨਹੀਂ ਸੀਗੇ ਠੀਕ ਹੈ ਤਾਂ ਕਾਪੀ ਕਰਨ ਲਈ ਉਦੋਂ ਕਾਰਬਨ ਕਾਪੀ ਦਾ ਮਤਲਬ ਕੀ ਆ ਤੁਸੀਂ ਦੇਖਿਆ ਹੋਣਾ ਇੱਕ ਬਲੂ ਡਾਇਰੀ ਹੁੰਦੀ ਹੈ ਬਲੂ ਪੇਜ ਹੁੰਦਾ ਵਾ ਜਿਹੜਾ ਕਿ ਇੱਕ ਪੇਜ ਦੇ ਹੇਠਾਂ ਰੱਖ ਦਿੱਤਾ ਜਾਂਦਾ ਤੇ ਉਹਦੇ ਉੱਤੇ ਅਸੀਂ ਲਿਖਦੇ ਹਾਂ ਦੂਜੇ ਪੇਜ ਤੇ ਆਟੋਮੈਟਿਕ ਲਿਖਿਆ ਜਾਂਦਾ ਠੀਕ ਹੈ ਉਹਨੂੰ ਅਸੀਂ ਬੋਲ ਦਿੰਦੇ ਹਾਂ ਕਾਰਬਨ ਕਾਪੀ ਬੀਸੀਸੀ ਹੁੰਦੀ ਹੈ ਬਲਾਈਂਡ ਕਾਪੀ ਤੇ ਬੀਸੀਜ਼ ਦੇ ਵਿੱਚ ਕੀ ਆ ਸੀ ਈਮੇਲ ਐਡਰੈਸ ਨੂੰ ਅ ਬੀਸੀਸੀ ਦੇ ਵਿੱਚ ਕੀ ਆ ਸੀ ਈਮੇਲ ਐਡਰੈਸ ਨੂੰ ਹਾਈਡ ਕਰ ਸਕਦੇ ਆ ਠੀਕ ਹੈ ਤੇ ਸੀਸੀ ਦੇ ਵਿੱਚ ਕੀ ਆ ਸੀ ਦੇਖੋ ਮੰਨ ਕੇ ਚਲੋ ਤੁਸੀਂ ਮੈਂ ਮੇਰੇ ਕੋਲ ਕੋਈ ਤਿੰਨ ਬੰਦੇ ਆ ਜਿਹੜੇ ਕੰਮ ਕਰ ਰਹੇ ਆ ਠੀਕ ਹੈ ਮੇਨ ਸਭ ਤੋਂ ਮਤਲਬ ਉੱਪਰ ਬਾਸ ਬੈਠਾ ਉਸ ਤੋਂ ਬਾਅਦ ਇੱਕ ਜਾਂ ਫਿਰ ਕਹਿੰਦੇ ਪਹਿਲਾਂ ਪ੍ਰਿੰਸੀਪਲ ਆ ਫਿਰ ਵਾਈਸ ਪ੍ਰਿੰਸੀਪਲ ਆ ਉਸ ਤੋਂ ਬਾਅਦ ਇੱਕ ਮੇਨ ਟੀਚਰ ਆ ਗਿਆ ਠੀਕ ਹੈ ਇੱਕ ਟੀਚਰ ਦੀ ਗੱਲ ਹੋ ਗਈ ਸਬਜੈਕਟ ਟੀਚਰ ਦੀ ਗੱਲ ਹੋ ਗਈ ਹੁਣ ਤੁਸੀਂ ਦੇਖੋ ਪ੍ਰਿੰਸੀਪਲ ਸਰ ਕੋਲ ਇੱਕ ਮੇਲ ਆਈ ਆ ਠੀਕ ਹੈ ਇੱਕ ਮੇਲ ਆਈ ਆ ਇਹ ਕੋਈ ਬੰਦਾ ਜਿਹੜਾ ਮੇਲ ਭੇਜ ਰਿਹਾ ਵਾ ਉਹਨੇ ਜਾਂ ਤਾਂ ਕੀ ਹੋਵੇਗਾ ਕਿ ਉਹ ਸਾਡੇ ਤਿੰਨਾਂ ਲਈ ਹੀ ਇੰਪੋਰਟੈਂਟ ਆ ਤਿੰਨਾਂ ਨੂੰ ਹੀ ਭੇਜ ਰਿਹਾ ਵਾ ਜੇਕਰ ਉਹ ਤਿੰਨਾਂ ਨੂੰ ਭੇਜ ਰਿਹਾ ਵਾ ਤਾਂ ਹੋ ਸਕਦਾ ਕਿ ਉਹ ਮੇਲ ਦੇ ਬਾਰੇ ਮਤਲਬ ਆਪਸ਼ਨ ਹੁੰਦੀ ਆ ਵਿੱਚ ਕਿ ਜੇਕਰ ਉਹ ਮੇਲ ਪ੍ਰਿੰਸੀਪਲ ਸਰ ਨੂੰ ਆਈ ਆ ਤਾਂ ਪ੍ਰਿੰਸੀਪਲ ਸਰ ਨੂੰ ਸ਼ੋ ਹੋ ਜਾਊਗਾ ਕਿ ਉਹ ਮੇਲ ਸਾਡੇ ਸਬਜੈਕਟ ਟੀਚਰ ਨੂੰ ਵੀ ਆ ਚੁੱਕੀ ਆ ਤੇ ਵਾਇਸ ਪ੍ਰਿੰਸੀਪਲ ਨੂੰ ਵੀ ਆ ਚੁੱਕੀ ਆ ਪਰ ਸਬਜੈਕਟ ਟੀਚਰ ਨੂੰ ਇਹ ਨਹੀਂ ਸ਼ੋ ਹੋਵੇਗਾ ਕਿ ਉਹ ਮੇਲ ਕਿਸ 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 ਕੋਲ ਗਈ ਆ ਠੀਕ ਹੈ ਦਾ A ਆਪਸ਼ਨ ਨੂੰ ਅਸੀਂ ਬੋਲ ਦਿੰਦੇ ਆ ਬਲਾਈਂਡ ਕਾਰਬਨ ਕਾਪੀ ਠੀਕ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਈਮੇਲ ਭੇਜਣ ਵੇਲੇ ਸੀਸੀ ਅਤੇ ਬੀਸੀਸੀ ਦੇ ਵਿੱਚ ਕੀ ਅੰਤਰ ਆ ਆ ਇੱਥੇ ਲਿਖਿਆ ਹੋਣਾ ਬੀਸੀਸੀ ਹਾਈਡ ਦਾ ਸੈਂਡਰਜ਼ ਈਮੇਲ ਐਡਰੈਸ ਬੀਸੀਸੀ ਦੇ ਵਿੱਚ ਅਸੀਂ ਕਰਦੇ ਆ ਵੀ ਇਸ ਈਮੇਲ ਐਡਰੈਸ ਨੂੰ ਅਸੀਂ ਹਾਈਡ ਕਰ ਸਕਦੇ ਆ ਵਾਈਲ ਸੀਸੀ ਡਸ ਨਾਟ ਪਰ ਸੀਸੀ ਦੇ ਵਿੱਚ ਨਹੀਂ ਕਰ ਸਕਦੇ ਹਾਂਜੀ ਅਗਲਾ ਪ੍ਰਸ਼ਨ ਆ بلوتوث ਲਈ आई ट्रिपल ई स्टैंडर्ड हां जी ਤੁਸੀਂ ਕਹਿ ਸਕਦੇ ਹੋ بلوتوث ਦੇ ਲਈ आई ट्रिपल ई स्टैंडर्ड ਕੀ ਹੈ ਦੇਖੋ आई ट्रिपल ए ਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ انسٹیٹیوٹ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗਸ ਠੀਕ ਹੈ ਮੈਂ ਰਿਪੀਟ ਕਰ ਦਿੰਨੀ ਹਾਂ ਕਿਉਂਕਿ ਕਾਫੀ ਇੰਪੋਰਟੈਂਟ ਹੈ आई ट्रिपल ई ਦੀ ਫੁੱਲ ਫਾਰਮ انسٹیٹیوٹ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਤੇ ਇਸ ਦੇ ਲਈ ਬਲੂਟੂਥ ਦੇ ਲਈ ਜਿਹੜਾ ਸਟੈਂਡਰਡ ਆ ਇਹਦਾ ਉਹ ਹੈਗਾ 802.15.1 ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਪਹਿਲੇ ਪੀੜੀ ਦੇ ਕੰਪਿਊਟਰ ਸਰਕਟ ਲਈ ਅਤੇ ਮੈਮਰੀ ਲਈ ਡੈਸ਼ ਦੀ ਵਰਤੋਂ ਕਰਦੇ ਸਨ ਹਾਂਜੀ ਦੇਖੋ ਪਹਿਲਾ ਕੰਪਿਊਟਰ ਹੈ ਜਿਹੜਾ ਜਿਹੜਾ ਫਸਟ ਜਨਰੇਸ਼ਨ ਦਾ ਕੰਪਿਊਟਰ ਆਇਆ ਸੀ ਨਾ ਉਸ ਦੇ ਵਿੱਚ ਵੈਕਮ ਟਿਊਬ ਦੀ ਗੱਲ ਹੁੰਦੀ ਸੀ ਠੀਕ ਹੈ ਇੱਕ ਵੈਕ ਵੈਕਿਊਮ ਟਿਊਬ ਦੀ ਗੱਲ ਹੁੰਦੀ ਸੀ ਵੈਕ ਵੈਕਿਊਮ ਟਿਊਬ ਵਰਤੀ ਜਾਂਦੀ ਸੀ ਅਤੇ ਮੈਗਨੇਟਿਕ ਡਰਮ ਵਰਤਿਆ ਜਾਂਦਾ ਸੀ ਮੈਮਰੀ ਦੇ ਲਈ ਤੁਸੀਂ ਬੈਂਕ ਦੇ ਵਿੱਚ ਦੇਖਿਆ ਹੋਣਾ ਏਸੀ ਲੱਗੇ ਹੁੰਦੇ ਆ ਕੀ ਉਹ ਏਸੀ ਬੰਦਿਆਂ ਦੇ ਲਈ ਲੱਗੇ ਹੁੰਦੇ ਆ ਨਹੀਂ ਬਲਕਿ ਉਹ ਕੰਪਿਊਟਰ ਦੇ ਲਈ ਲਾਈ ਜਾਂਦੇ ਆ ਕਿਉਂਕਿ ਕੰਪਿਊਟਰ ਹੀਟ ਬਹੁਤ ਜ਼ਿਆਦਾ ਛੱਡਦੇ ਆ ਜੇਕਰ ਹੀਟ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਉਹਨਾਂ ਦਾ ਜਿਹੜਾ ਕੰਪਿਊਟਰ ਆ ਉਹ ਸਹੀ ਹੋ ਜਾਣਗੇ ਸਰਕਟ ਹੋ ਜਾਣਗੇ ਤੇ ਡੈਮੇਜ ਹੋ ਜਾਵੇਗਾ ਠੀਕ ਹੈ ਬਿਊਟਰ ਦਾ ਸਰਕਟ ਕੀ ਹੈ ਡੈਮੇਜ ਹੋ ਜਾਵੇਗਾ ਤੇ ਇਸ ਲਈ ਉਹ ਜਿਹੜੇ ਏਸੀ ਆ ਕੰਪਿਊਟਰ ਦੇ ਲਈ ਲੱਗੇ ਹੁੰਦੇ ਆ ਤਾਂ ਜੋ ਹੀਟ ਨੂੰ ਕੰਟਰੋਲ ਕੀਤਾ ਜਾ ਸਕੇ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਇਹਨੂੰ ਇਸੇ ਕੀ ਬੋਲਦਾਂਗੇ ਵੈਕਿਊਮ ਟਿਊਬ ਅਤੇ ਮੈਗਨੈਟਿਕ ਡਰਮ ਦੀ ਵਰਤੋਂ ਕੀਤੀ ਗਈ ਸੀ ਪਹਿਲੇ ਜਨਰੇਸ਼ਨ ਦੇ ਕੰਪਿਊਟਰ ਦੇ ਵਿੱਚ ਅਗਲਾ ਪ੍ਰਸ਼ਨ ਹੈ ਜੀ ਈਮੇਲ ਵਿੱਚ ਬੀਸੀਸੀ ਦਾ ਪੂਰਾ ਨਾਮ ਕੀ ਹੈ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਬੀਸੀਸੀ ਦਾ ਪੂਰਾ ਨਾਮ ਹੈ ਬਲਾਈਂਡ ਕਾਰਬਨ ਕਾਪੀ ਆਪਸ਼ਨ ਨੰਬਰ B is the right answer blind on is de beta theek hai blind next flops arth hai haan ji flops da arth ki hai flops da arth ki hai floating point operations per second option number A is the right answer theek hai ji dekho tusi dekhya hona super computer di speed bahut fast hundi hai ate is di speed hai jehdi flop de vich maapi jandi hai ਫਲੌਪ ਕਿਹਦੇ ਵਿੱਚ ਮਾਪੀ ਜਾਂਦੀ ਆ ਫਲੌਪਸ ਦੇ ਵਿੱਚ ਮਾਪੀ ਜਾਂਦੀ ਆ ਫਲੌਪਸ ਕੀ ਆ ਇੱਕ ਸਪੀਡ ਯੂਨਿਟ ਆ ਠੀਕ ਹੈ ਤੇ ਇਹਦੀ ਫੁੱਲ ਫਾਰਮ ਕੀ ਆ ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਤੀਜੀ ਪੀੜੀ ਦੇ ਕੰਪਿਊਟਰ ਡਾਂਸ਼ ਤੇ ਆਧਾਰਿਤ ਸਨ ਹਾਂਜੀ ਤੀਜੀ ਕੰਪੀੜੀ ਦੇ ਜਿਹੜੇ ਕੰਪਿਊਟਰ ਆ ਜਾਂ ਥਰਡ ਜਨਰੇਸ਼ਨ ਦੇ ਕੰਪਿਊਟਰ ਕਿਸ ਤੇ ਆਧਾਰਿਤ ਸੀ ਆਈਸੀ ਤੇ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਇੰਟੀਗ੍ਰੇਟਿਡ ਸਰਕਟ ਤੇ ਆਧਾਰਿਤ ਸੀ ਥਰਡ ਜਨਰੇਸ਼ਨ ਫਸਟ ਜਨਰੇਸ਼ਨ ਦੇ ਵਿੱਚ ਵੈਕਿਊਮ ਟਿਊਬ ਸੀ ਸੈਕੰਡ ਜਨਰੇਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕੀ ਸੀ 트랜ਜ਼ਿਸਟਰ ਸੀ ਤੇ ਥਰਡ ਦੇ ਵਿੱਚ ਆਈ ਸੀ ਜਾਨੀ ਕਿ ਇੰਟੀਗ੍ਰੇਟਡ ਸਰਕਟ ਆ ਗਿਆ ਸੀ ਅਗਲਾ ਵਾਈਫਾਈ ਟੈਕਨੋਲੋਜੀਸ ਵਿੱਚ ਸੁਰੱਖਿਆ ਪ੍ਰੋਟੋਕੋਲ ਵੀਪ ਦਾ ਪੂਰਾ ਨਾਮ ਕੀ ਆ ਵੀਪ ਦਾ ਪੂਰਾ ਨਾਮ ਕੀ ਆ ਵਾਇਰਡ ਇਕੁਇ ਇਕੁਇਵੈਲੈਂਟ ਠੀਕ ਹੈ ਵਾਇਰਡ ਇਕੁਇਵੈਲੈਂਟ ਪ੍ਰਾਈਵੇਸੀ অপশন নাম্বার সি ইজ দা রাইট आंसर वायर्ड ইকুইভ্যালেন্ট প্রাইভেসি হ্যায় ਜਿਹੜਾ WEP ਦਾ ਪੂਰਾ ਨਾਮ ਆ। ਹਾਂਜੀ ਅਗਲਾ ਪ੍ਰਸ਼ਨ ਅਸੀਂ ਕੱਲ ਕਰਾਂਗੇ ਇਸ ਦਾ ਅਗਲਾ ਪਾਰਟ ਠੀਕ ਹੈ। ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਬਦ ਤੋਂ ਬਦ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।